ਇਸ ਵੇਲੇ ਦੀ ਵੱਡੀ ਖਬਰ ਸੰਗਰੂਰ ਦੇ ਕਾਬਦਾ ਤੋਂ ਸਾਹਮਣੇ ਆਈ ਹੈ, ਜਿੱਥੇ ਕਿ 40 ਸਕੂਲੀ ਬੱਚੇ ਬਿਮਾਰ ਹੋ ਗਏ ਨੇ। ਮੈਰੀਟੋਰੀਅਸ ਸਕੂਲ ਦੇ ਬੱਚਿਆਂ ਦੀ ਸਿਹਤ ਖਰਾਬ ਹੋਈ ਹੈ ਤਾਂ ਕਾਰਨ ਦੱਸਿਆ ਜਾ ਰਿਹਾ ਹੈ ਕਿ ਹੋਸਟਲ ਦਾ ਖਾਣਾ ਖਾਧਾ ਸੀ। ਹੋਸਟਲ ਦਾ ਖਾਣਾ ਖਾਣ ਤੋਂ ਬਾਅਦ ਸਾਰੇ ਬੱਚਿਆਂ ਦੀ ਸਿਹਤ ਵਿਗੜੀ ਹੈ। ਵਿਧਾਇਕ ਨਰਿੰਦਰ ਕੌਰ ਪਰਾਜ ਵੀ ਮੌਕੇ 'ਤੇ ਪਹੁੰਚੇ ਨੇ, ਜਾਇਜ਼ਾ ਲਿਆ ਜਾ ਰਿਹਾ ਸਥਿਤੀ ਦਾ। ਬੱਚਿਆਂ ਦੇ ਮਾਪੇ ਵੀ ਮੌਕੇ 'ਤੇ ਮੌਜੂਦ ਨੇ, ਬੱਚਿਆਂ ਨੂੰ ਹਸਪਤਾਲ ਦਾਖਿਲ ਕਰਵਾਇਆ ਗਿਆ। ਜੇ ਸੂਤਰਾਂ ਦੀ ਮੰਨੀਏ ਤਾਂ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਦੀਵਾਲੀ ਤੋਂ ਬਾਅਦ ਹੀ ਹੋਸਟਲ ਦੇ ਵਿੱਚੋਂ ਬੱਚਿਆਂ ਨੂੰ ਖਰਾਬ ਖਾਣਾ ਦਿੱਤਾ ਜਾ ਰਿਹਾ ਸੀ। ਬੱਚਿਆਂ ਦਾ ਦਾਅਵਾ ਹੈਗਾ ਕਿ ਇਸ ਖਾਣੇ ਦੇ ਵਿੱਚੋਂ ਲਗਾਤਾਰ ਕੀੜੇ ਨਿਕਲ ਰਹੇ ਸੀ ਅਤੇ ਉਹਨਾਂ ਨੂੰ ਸਹੀ ਖਾਣਾ ਨਹੀਂ ਦਿੱਤਾ ਜਾਂਦਾ। ਤਾਂ ਦੱਸਿਆ ਜਾ ਰਿਹਾ ਕਿ ਰਾਤ ਵੀ ਕਰੀਬ 18 ਬੱਚਿਆਂ ਦੀ ਸਿਹਤ ਖਰਾਬ ਹੋਈ ਸੀ, ਜਿਨ੍ਹਾਂ ਨੂੰ ਰਾਤੋ ਰਾਤ ਹਸਪਤਾਲ ਦਾਖਲ ਕਰਵਾਇਆ ਗਿਆ। ਬਾਅਦ ਦੇ ਵਿੱਚ ਉਹਨਾਂ ਨੂੰ ਡਿਸਚਾਰਜ ਕਰ ਦਿੱਤਾ ਗਿਆ। ਸਾਰੇ ਬੱਚੇ ਫਿਲਹਾਲ ਬਿਲਕੁਲ ਠੀਕ ਨੇ। ਅਤੇ ਉੱਥੇ ਹੀ ਜੇ ਸਿੱਖਿਆ ਮੰਤਰੀ ਹਰਜੋਤ ਬੈਂਸ ਉਹਨਾਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਵੀ ਐਕਸ਼ਨ ਲਿਆ ਗਿਆ। ਜਿਹੜਾ ਕੰਟਰੈਕਟਰ ਹੈਗਾ ਉਸਦਾ ਕੰਟਰੈਕਟ ਰੱਦ ਕਰ ਦਿੱਤਾ ਗਿਆ ਹੈਗਾ। ਹੋਰ ਸਕੂਲਾਂ ਦੇ ਵਿੱਚ ਵੀ ਉਸਦੇ ਜਿੰਨੇ ਵੀ ਖਾਣੇ ਨੇ ਉਹਨਾਂ ਦੀ ਵੀ ਜਾਂਚ ਕੀਤੀ ਜਾਊਗੀ। ਸਾਰੇ ਬੱਚਿਆਂ ਦਾ ਮੈਡੀਕਲ ਚੈੱਕਅਪ ਵੀ ਕੀਤਾ ਜਾਵੇਗਾ। ਤਾਂ ਵੱਡੀ ਖਬਰ ਹੈ ਸੰਗਰੂਰ ਦੇ ਕਾਬਦਾ ਤੋਂ, ਜਿੱਥੇ ਕਿ ਸਕੂਲੀ ਬੱਚੇ ਬਿਮਾਰ ਹੋਏ ਨੇ। 40 ਦੇ ਕਰੀਬ ਬੱਚਿਆਂ ਦੀ ਸਿਹਤ ਵਿਗੜੀ ਸੀ, ਹਸਪਤਾਲ ਲਿਜਾਇਆ ਗਿਆ। ਫਿਲਹਾਲ ਉਹਨਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਤਾਂ ਸਿੱਖਿਆ ਮੰਤਰੀ ਦੇ ਵੱਲੋਂ ਵੀ ਅਪੀਲ ਕੀਤੀ ਗਈ ਹੈ ਲੋਕਾਂ ਨੂੰ, ਬੱਚਿਆਂ ਦੇ ਮਾਪਿਆਂ ਨੂੰ, ਕਿ ਘਬਰਾਉਣ ਦੀ ਲੋੜ ਨਹੀਂ, ਇਸ ਦੀ ਜਾਂਚ ਕੀਤੀ ਜਾਏਗੀ। ਇਨਵੈਸਟੀਗੇਸ਼ਨ ਦੇ ਵਿੱਚ ਜਿਸ ਦੀ ਵੀ ਗਲਤੀ ਪਾਈ ਗਈ ਉਸ ਦੇ ਖਿਲਾਫ਼ ਸਖਤੀ ਦੇ ਨਾਲ ਕਾਰਵਾਈ ਕੀਤੀ ਜਾਵੇਗੀ। ਤਾਂ ਹੋਸਟਲ 'ਚੋਂ ਖਾਣਾ ਖਾ ਕੇ ਬੱਚਿਆਂ ਦੀ ਸਿਹਤ ਖਰਾਬ ਹੋਈ ਹੈ, ਇਸ ਨੂੰ ਲੈ ਕੇ ਹੁਣ ਕਾਰਵਾਈ ਹੋਵੇਗੀ। ਫਿਲਹਾਲ ਬੱਚਿਆਂ ਦੀ ਹਾਲਤ ਬਿਲਕੁਲ ਠੀਕ ਹੈ, ਸਕੂਲ ਦੇ ਵਿੱਚੋਂ ਛੁੱਟੀ ਕਰ ਦਿੱਤੀ ਗਈ ਹੈ ਅਤੇ ਬੱਚਿਆਂ ਨੂੰ ਉਹਨਾਂ ਦੇ ਮਾਪਿਆਂ ਦੇ ਨਾਲ ਘਰ ਭੇਜ ਦਿੱਤਾ ਗਿਆ। ਮੈਰੀਟੋਰੀ ਸਕੂਲ ਘਰ ਦਾ PGI ਜੀ ਦੇ ਨਾਲ ਸਕੂਲ ਹੈ ਗਿਆ ਬੱਚਿਆਂ ਦਾ। ਬੱਚਿਆਂ ਨੂੰ 5 ਦਿਨ ਖਾਣਾ ਖਰਾਬ ਮਿਲ ਰਿਹਾ ਉਹਨੂੰ, ਕੋਈ ਮਤਲਬ ਕਿ ਕਿਸੇ ਪ੍ਰਿੰਸੀਪਲ ਨੇ ਸਾਨੂੰ ਤਲਾਹ ਨਹੀਂ ਕੀਤੀ, ਕਿਸੇ ਵਾਰਡਨ ਮੈਡਮ ਨੇ ਤਲਾਹ ਨਹੀਂ ਕੀਤੀ, ਕਿਸੇ ਸਕਿਉਰਟੀ ਗਾਰਡ ਦੀ ਤਲਾਹ ਨਹੀਂ ਹੈਗੀ ਸਾਨੂੰ। ਹੁਣ ਕੀ ਹੋਇਆ ਅੱਜ ਸਾਨੂੰ ਬੱਚੇ ਉਰੇ ਉਲਟੀਆਂ ਲੱਗ ਰਹੀਆਂ ਬੱਚਿਆਂ ਨੂੰ ਜੀ, ਬੱਚੇ ਦਾਖਲ ਲੈ ਗਏ, ਬੱਚਿਆਂ ਮੂੰਹ 'ਚ ਝੱਗ ਆ ਰਹੀ ਹੈਗੀ, ਬਿਨਾਂ ਜ਼ਿੰਮੇਵਾਰ ਕਹਾਉਣਾ ਸਾਨੂੰ ਫਿਰ ਸਾਰਾ ਇੰਚਾਰਜ ਦਾ ਫੋਨ ਗਿਆ ਹੁਣ ਜੀ। ਹਾਂਜੀ ਕਹਿੰਦੇ ਬੱਚੇ ਦੇ ਮੂੰਹ 'ਚ ਮਿਲ ਗਏ ਐਡਮਿਟ ਨੇ ਬੱਚੇ ਤੁਹਾਡੇ ਸਾਰੇ ਜੀ, ਆਪਦੇ ਬੱਚਿਆਂ ਨੂੰ ਜਾ ਕੇ ਸਾਂਭੋ। ਕਿਹੜੇ ਜ਼ਿਲ੍ਹੇ 'ਚੋਂ ਆਏ ਹੋ ਤੁਸੀਂ? ਅਸੀਂ ਮਾਨਸਾ ਜ਼ਿਲ੍ਹੇ 'ਚੋਂ ਜੀ। ਹਾਂ ਜੀ, ਉਰੋਗੜਕੋਟ ਸਾਨੂੰ 75-80 ਕਿਲੋਮੀਟਰ ਪੈਂਦਾ ਮੇਰਾ ਪਿੰਡ ਜੀ। ਕਿ ਆ ਕੇ ਦੇਖਿਆ ਕਿ ਬੱਚੇ ਦੀ ਗੁੜੀਆ ਦੀ ਕੀ ਸਥਿਤੀ? ਗੁੜੀਆ ਦੇਖ ਲਓ, ਐਡਮਿਟ ਕਰਕੇ ਦਾਖਲ ਬੋਤਲਾਂ ਆ ਰੱਖੀਆਂ ਬੱਚੇ ਦੇ ਜੀ। ਹਾਂਜੀ ਤੁਹਾਡਾ ਕੀ ਨਾਮ? ਸੰਜੀਵ ਕੁਮਾਰ ਜੀ। ਅੰਸ਼ਕਾ ਜੀ +2 ਜੀ। ਬੱਚੇ ਹੋਰ ਵੀ ਆ ਰਹੇ ਨੇ, ਇੱਕ ਨਹੀਂ ਬੱਚੇ ਜੀ, ਸਾਰਾ ਸਕੂਲ ਆ ਰਹੇਗਾ। ਹੁਣ ਆਇਆ ਕਿੰਨੇ ਕਿੱਦਾਂ ਦੇ ਬੱਚੇ, ਕੀ ਸਥਿਤੀ ਉਹਨਾਂ ਦੀ? ਮੇਰੇ ਕੋਲ ਤਕਰੀਬਨ ਜਿਹੜੇ ਹੈਗੇ ਨੇ ਗੇ 40 ਬੱਚੇ ਆਏ ਨੇਗੇ, ਜਿਹੜੇ ਸਾਰੇ ਕੰਪਲੇਂਟ ਕਰ ਰਹੇ ਨੇ ਵੀ ਸਾਨੂੰ ਜਿਹੜਾ ਹੈਗਾ ਸਾਡਾ ਪੇਟ ਦਰਦ ਹੋ ਰਿਹਾ ਹੈਗਾ ਅਤੇ ਸਾਨੂੰ ਉਲਟੀ ਹੋ ਰਹੀ ਨਹੀਂ ਗੀਆਂ। ਸਾਡੇ ਵੱਲੋਂ ਸਾਰੇ ਬੱਚਿਆਂ ਦੀ ਪ੍ਰੋਪਰ ਕੇਅਰ ਕੀਤੀ ਗਈ ਹੈ, ਪ੍ਰੋਪਰ ਟੀਮਾਂ ਬਣਾ ਕੇ ਉਹਨਾਂ ਦਾ ਫਰੀ ਟੈਸਟ ਕਰਵਾਤੇ ਨੇਗੇ, ਸਾਰਾ ਟ੍ਰੀਟਮੈਂਟ ਸ਼ੁਰੂ ਕਰਤਾ ਗਿਆ। ਜਿੰਨੇ ਬੱਚੇ ਐਡਮਿਟ ਨੇਗੇ ਸਾਰਿਆਂ ਦੀ ਜਨਰਲ ਕੰਡੀਸ਼ਨ ਹੈ ਬਿਲਕੁਲ ਸਟੇਬਲ ਹੈ, ਸਾਰੇ ਬੱਚੇ ਠੀਕ ਠਾਕ ਨੇਗੇ ਅਤੇ ਸਾਰੇ ਖਤਰੇ ਤੋਂ ਬਾਹਰ ਨੇ। ਇੱਕ ਕੀ ਸਕੂਲ ਦੇ ਨੇ? ਕਿਹੜੇ ਸਕੂਲ ਦੇ ਨੇ ਜੀ? ਇਹ ਮੈਰੀਟੋਰੀਅਸ ਸਕੂਲ ਘਾਬਦੰਦ ਦੇ ਬੱਚੇ ਨੇ। ਅੱਛਾ ਜੀ, ਕੀ ਸਾਰੇ ਬੱਚਿਆਂ ਦੀ ਸਥਿਤੀ ਇੱਕੋ ਜੀ ਹੈ? ਹਾਂ ਬਿਲਕੁਲ, ਸਾਰੇ ਬੱਚੇ ਦੇ ਕੰਪਲੇਂਟ ਸੇਮ ਕੰਪਲੇਂਟ ਕਰ ਰਹੇ ਨੇਗੇ ਵੀ ਸਾਡੇ ਪੇਟ ਦਰਦ ਹੋ ਰਿਹਾ ਹੈ ਅਤੇ ਸਾਨੂੰ ਉਲਟੀ ਆ ਰਹੀ ਹੈ। ਇਹ ਬੱਚੇ ਸਾਡੇ ਕੋਲ ਰਾਤ ਆਉਣ ਸ਼ੁਰੂ ਹੋਏ ਸੀਗੇ, ਰਾਤੀ ਸਾਡੇ ਕੋਲ 20 ਬੱਚੇ ਆਏ ਸੀਗੇ, ਉਹਨਾਂ ਦੇ ਵਿੱਚੋਂ ਸਾਡੇ ਕੋਲ 4 ਬੱਚੇ ਦਾਖਲ ਨੇ, 16 ਨੂੰ ਅਸੀਂ ਛੁੱਟੀ ਕਰ ਚੁੱਕੇ ਹਾਂਗੇ। ਜਿਸ ਤਰ੍ਹਾਂ ਦੀ ਇਹਨਾਂ ਸਥਿਤੀ ਹੈ, ਕੀ ਲੱਗਦਾ ਵੀ ਕੀ ਹੋਇਆ ਹੋਊਗਾ? ਦੇਖੋ ਜੇ ਗੈਸਟਰੋਇੰਟਾਈਟਸ ਹੈਗਾ, ਸਾਡੇ ਵੱਲੋਂ ਜੋ ਸਾਰੇ ਟੈਸਟ ਨੇਗੇ ਲੋੜੀਂਦੇ ਦੇ ਟੈਸਟ ਕੀਤੇ, ਫਰੀ ਆਫ ਕੋਸਟ ਕੀਤੇ ਜਾ ਰਹੇ ਨੇਗੇ, ਜੋ ਵੀ ਰਿਪੋਰਟ ਹੋਊਗੀ ਉਹਦੇ ਮੁਤਾਬਕ ਯਾਰ ਤੁਹਾਨੂੰ ਦੱਸ ਦਿੱਤਾ ਜਾਵੇਗਾ। ਕੀ ਮਾੜਾ ਖਾਣਾ ਖਾਣ ਦੇ ਨਾਲ ਵੀ ਇੱਦਾਂ ਹੋ ਸਕਦਾ ਜਾਂ? ਜੋ ਬੱਚੇ ਨੇ ਹਿਸਟਰੀ ਦੇ ਰਹੇ ਨੇਗੇ ਵੀ ਅਸੀਂ 2-3 ਦਿਨ ਪਹਿਲਾਂ ਖਾਣਾ ਖਾਧਾ ਸੀਗਾ, ਉਸ ਤੋਂ ਬਾਅਦ ਸਾਡੇ ਹਲਕ ਹਲਕੇ ਪੇਟ ਦਰਦ ਹੁੰਦਾ ਸੀਗਾ ਅਤੇ ਰਾਤ ਸਾਨੂੰ ਜਿਹੜੇ ਅਚਾਨਕ ਸਾਡੀ ਜਿਹੜੀ ਹੈ ਪੇਟ ਦਰਦ ਸਾਡਾ ਉਹ ਵੱਧ ਗਿਆ।